ਦਾਸ ਨੂੰ ਵਾਰ ਵਾਰ ਭੁਲੇਖਾ ਪੈ ਰਿਹਾ ਸੀ ਕਿ ਜਿਵੇਂ ਸਾਈਡ 'ਤੇ ਮੇਰੇ ਨਾਲ ਭਾਈ ਇੰਦਰਜੀਤ ਸਿੰਘ ਕੰਮ ਕਰ ਰਹੇ। ਆਪ ਸੰਗਤ ਜਾਣਦੇ ਹੋ 18 ਤਰੀਕ ਨੂੰ ਜੋ ਲੰਮਾ ਸਮਾਂ ਮੇਰੇ ਨਾਲ ਸਾਥ ਨਿਭਾਇਆ ਮੇਰੇ ਵੀਰ ਨੇ ਅਚਨਚੇਤ ਅਕਾਲ ਚਲਾਣਾ ਕਰ ਗਿਆ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜਾ ਬਿਰਾਜੇ ਆ, ਜਿਹਨੇ ਬਹੁਤ ਸੁੰਦਰ ਮੇਰੇ ਨਾਲ ਲਗਾਤਾਰ 6 ਸਾਲ ਕਈ ਸੀਡੀਆਂ ਦੇ ਵਿੱਚ ਕੀਰਤਨ ਕੀਤਾ। ਮੈਂ ਆਪ ਜੀ ਨੂੰ ਜਿਹੜਾ ਸ਼ਬਦ ਸਰਵਣ ਕਰਵਾਉਣਾ ਹੈ ਨਾ, ਅੱਲਾ ਪਾਕ ਨੂੰ ਪਾਕ, ਸ਼ੁਰੂ ਦੇ ਵਿੱਚ ਉਹਨੇ ਅਲਾਪ ਬਹੁਤ ਪਿਆਰਾ ਲਾਇਆ। ਪਿੱਛੇ 2 ਬੇਟੀਆਂ, 3 ਸਾਲ, 1 4 ਸਾਲ ਦੀ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਰੱਬ ਨਾਲੋਂ ਵੱਧ ਕੇ ਪਿਆਰ ਕਰਦਾ ਸੀ, ਉਹ ਛੱਡ ਕੇ ਚਲੇ ਗਿਆ। ਮੈਂ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਭਾਣਾ ਕਹਿਣਾ ਸੌਖਾ ਹੈ, ਮੰਨਣਾ ਬਹੁਤ ਔਖਾ। ਮੇਰੇ ਵੀਰ ਨੂੰ ਸਤਿਗੁਰੂ ਚਰਨਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ ਦੇ ਨਾਲ ਮੇਰਾ ਸਾਥ ਉਹਨੇ ਪਹਿਲੋਂ ਨਿਭਾਇਆ, ਅੱਜ ਮੇਰਾ ਫਰਜ਼ ਬਣਦਾ ਕਿ ਮੈਂ ਉਸ ਪਰਿਵਾਰ ਦਾ ਸਾਥ ਨਿਭਾਵਾਂ। ਅਤੇ ਆਪ ਸੰਗਤਾਂ ਨੇ ਅਸੀਸ ਬਖਸ਼ਣੀ ਕਿ ਉਹਦੀਆਂ ਛੋਟੀਆਂ ਛੋਟੀਆਂ ਬੇਟੀਆਂ, ਉਹਦਾ ਭਵਿੱਖ ਆਪ ਸੰਗਤਾਂ ਦੇ ਸਿਰ 'ਤੇ ਹੈ। ਆਪ ਸੰਗਤਾਂ ਨੇ ਅਸੀਸ ਦੇਣੀ, ਸਹਿਯੋਗ ਦੇਣਾ। ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕ ਸਾਥ ਦੇ ਰਹੇ ਨੇ, KTV ਇੰਗਲੈਂਡ ਤੋਂ, ਭਾਈ ਜਤਿੰਦਰ ਸਿੰਘ ਜੀ, ਸ਼ੇਰ ਗਿੱਲ ਢਾਡੀ, ਸਰੰਗੀ ਮਾਸਟਰ, ਜੋ ਉਸ ਪਰਿਵਾਰ ਵਾਸਤੇ ਸੰਗਤ ਕੋਲੋਂ ਅਪੀਲ ਕਰਕੇ, ਕਿਉਂਕਿ ਬੱਚੀਆਂ ਦੇ ਭਵਿੱਖ ਵਾਸਤੇ ਆਉਣ ਵਾਲਾ ਸਮਾਂ ਉਹਨਾਂ ਦਾ ਉਜਲਾ ਹੋ ਸਕੇ। ਇੰਦਰਜੀਤ ਸੋਨਾ ਹੀ ਵਾਪਸ ਨਹੀਂ ਲਿਆ ਸਕਦੇ, ਜਦੋਂ ਬੱਚੇ ਸਕੂਲੇ ਜਾਣਗੇ, ਵੱਡੇ ਹੋਣਗੇ ਨਾ, ਸਾਰਿਆਂ ਦੇ ਬਾਪ ਬਾਪ ਆਉਣਗੇ, ਪਰ ਉਹਨਾਂ ਦਾ ਬਾਪ ਉੱਥੇ ਨਹੀਂ ਆਏਗਾ, ਉਦੋਂ ਉਹਨਾਂ ਨੂੰ ਉਹਦੀ ਘਾਟ ਮਹਿਸੂਸ ਹੋਏਗੀ। ਅੱਜ ਉਹ ਛੁੱਟੀਆਂ ਨੇ, ਅੱਜ ਉਹਨਾਂ ਨੂੰ ਕੁਛ ਨਹੀਂ ਪਤਾ, ਅੱਜ ਵੀ ਐਂ ਮਹਿਸੂਸ ਕਰਦੀਆਂ ਨੇ। ਸਵੇਰੇ ਗੱਲ ਹੋ ਰਹੀ ਸੀ ਕਿ ਸਾਡੇ ਪਿਤਾ ਜੀ ਬਾਹਰ ਕੀਰਤਨ ਕਰਨ ਗਏ ਨੇ, ਉਹ ਆਉਣਗੇ, ਕਿਉਂਕਿ ਛੋਟੀਆਂ ਨੇ, ਛੋਟੀ ਅਵਸਥਾ ਹੈ, ਉਹਨਾਂ ਨੂੰ ਪਤਾ ਨਹੀਂ ਜੰਮਣ ਦਾ ਮਰਨ ਦਾ। ਮੈਂ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਉਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਸ ਉਸ ਪਰਿਵਾਰ ਦੇ ਨਾਲ, ਆਪ ਸੰਗਤਾਂ ਦੇ ਅਸੀਸ ਨਾਲ ਸਦਾ ਖੜ੍ਹਾ ਰਹੇਗਾ। ਜਿੱਥੇ ਲੋੜ ਹੋਏਗੀ, ਕੋਸ਼ਿਸ਼ ਹੋਏਗੀ ਮੇਰੇ ਵੱਲੋਂ ਕਿ ਮੰਥਲੀ ਉਹਨਾਂ ਦੇ ਘਰ ਮੈਂ, ਗੁਰੂ ਦੀ ਕਿਰਪਾ ਦੇ ਨਾਲ ਮੇਰੇ ਨਾਲ ਉਹਨੇ ਬਹੁਤ ਸੋਹਣਾ ਸਾਥ ਨਿਭਾਇਆ, ਆਪ ਸੰਗਤਾਂ ਦੀ ਅਸੀਸ ਨਾਲ ਮੈਂ ਉਸ ਪਰਿਵਾਰ ਦਾ ਸਹਾਰਾ ਬਣ ਸਕਾਂ। ਸਹਾਰਾ ਕੇਵਲ ਗੁਰੂ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨ, ਮੇਰੇ 'ਤੇ ਮਿਹਰ ਭਰਿਆ ਹੱਥ ਰੱਖਣ, ਉਸ ਪਰਿਵਾਰ ਨਾਲ ਮੈਂ ਖਲੋ ਸਕਾਂ। ਇਹ ਮੇਰੀ ਅਰਦਾਸ ਕਰਿਓ ਗੁਰੂ ਅੱਗੇ।